ਵਰਕਰ ਨਹੀਂ ਸਿਸਟਮ ਬਣਾਇਆ ਨਾ ਵੀ ਜੇ ਤੁਹਾਡੇ ਤੁਸੀਂ ਪੇਰੋਲ ਤੇ ਹੋਵੋਗੇ ਤੁਹਾਨੂੰ ਵਰਕਰਸ ਕੌਮ ਹੋਊਗੀ, ਕਿੰਨੀਆਂ ਇਨਸੀਡੈਂਟ ਹੁੰਦੀਆਂ, ਕਿੰਨੀਆਂ ਕਾਲਸ ਤੁਹਾਨੂੰ ਆਉਂਦੀਆਂ, ਸਾਨੂੰ ਰੇਡੀਓ ਤੇ ਆਉਂਦੀਆਂ, ਭਾਜੀ ਸਾਡਾ ਐਕਸੀਡੈਂਟ ਹੋ ਗਿਆ, ਬਾਂਹ ਟੁੱਟ ਗਈ, ਕਿਸੇ ਦੀ ਡੈਥ ਹੋ ਗਈ, ਕੀ ਬਣ ਸਕਦਾ ਹੈ, ਅਸੀਂ ਤਾਂ 1099 ਤੇ ਸੀ, ਇਹ ਸਾਰਾ ਕੁਝ ਇਹ ਆ। ਸੋ ਜੇ ਆਪਾਂ ਫੈਡਰਲ ਲੈਵਲ ਦੀ ਗੱਲ ਦੱਸਦੇ ਜਾਈਏ, ਫੈਡਰਲ ਤੇ ਇਸ ਵੇਲੇ ਸਰਕਾਰ ਡੈਮੋਕ੍ਰੇਟਸ ਦੀ ਆ ਤੇ ਡੈਮੋਕ੍ਰੇਟਸ ਨੂੰ ਯੂਨੀਅਨਸ ਬਹੁਤ ਸਪੋਰਟ ਕਰਦੀਆਂ। ਸੋ ਸਾਰੀਆਂ ਯੂਨੀਅਨਸ ਅਮਰੀਕਾ 'ਚ ਜਿੰਨੀਆਂ ਵੀ ਆ ਉਹ ਕਹਿੰਦੀਆਂ ਵੀ ਹਰ ਇੱਕ ਬੰਦਾ ਪੇਰੋਲ ਤੇ ਹੋਣਾ ਚਾਹੀਦਾ, ਉਹ ਹੀ AB5 ਦੇ ਹੱਕ 'ਚ ਆ। ਸੋ ਸਰੋਤਿਓ, ਤੁਸੀਂ ਜਿੰਨੇ ਵੀ ਸਾਡੇ ਸਰੋਤੇ ਆ ਟਰੈਕਿੰਗ ਇੰਡਸਟਰੀ ਨਾਲ ਰਿਲੇਟਡ ਹੈਗੇ ਆ, ਤੁਹਾਨੂੰ ਕੀ ਲੱਗਦਾ ਇਸ AB5 ਦੇ ਉੱਤੇ ਤੁਹਾਡੇ ਕੀ ਵਿਚਾਰ ਆ? ਤੁਸੀਂ ਜ਼ਰੂਰ, ਆਪਾਂ ਬਹੁਤ ਲੰਬੇ ਸਮੇਂ ਤੋਂ ਇਹਦੇ ਤੇ ਡਿਸਕਸ ਕਰਦੇ ਆ ਰਹੇ ਹਾਂ, ਲਗਭਗ 5-6 ਸਾਲ ਹੀ ਹੋ ਗਿਆ, ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਵੀ ਦੇ ਸਕਦੇ ਹੋ। ਸਾਡਾ ਟੈਲੀਫੋਨ ਨੰਬਰ ਹੈਗਾ 408-272-5200, 408-272-5200। ਜਿਹੜੇ ਫੇਸਬੁੱਕ ਦੇ ਉੱਤੇ ਆ ਉਹਨਾਂ ਨੂੰ ਵੀ ਬੇਨਤੀ ਆ, ਭਾਈ ਸੀਰੀਅਸ ਡਿਸਕਸ਼ਨ ਹੋ ਰਹੀ ਆ, ਕੋਈ ਐਵੇਂ ਆਲੇ ਦੁਆਲੇ ਉਹੀ ਕੁਐਸਚਨ ਜਿਹਾ ਨਾ ਛੱਡੀ ਜਾਓ। ਸੋ ਇਹ ਕਿਉਂਕਿ ਆਪਾਂ ਸਪੈਸ਼ਲੀ ਟਰੈਕਿੰਗ ਦੇ ਉੱਤੇ ਪ੍ਰੋਗਰਾਮ ਕਰ ਰਹੇ ਹਾਂ, ਟਰੈਕਿੰਗ ਦੇ ਨਾਲ ਰਿਲੇਟਡ ਜੇ ਤੁਹਾਡਾ ਕੁਐਸਚਨ ਆ ਉਹਦੇ ਤੇ ਤੁਸੀਂ ਕਰੋ, ਤੇ ਹੁਣ ਤੁਸੀਂ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਜੀ, ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਸਨੀ ਗਰੇਵਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ। ਆਪਣੇ ਰਮਨ ਬਾਹੀ ਨੇ ਤਾਂ ਪਤਾ ਹੀ ਆ ਤੁਹਾਨੂੰ, ਆਪਣੇ ਓਵਰ 90% ਕੰਪਨੀਆਂ ਜੀ ਡਰਾਈਵਰਾਂ ਨੂੰ ਜਦੋਂ ਤੁਸੀਂ ਹਾਇਰ ਕਰਦੇ ਹੋ ਨਾ, ਇਹ ਕਹਿੰਦੇ ਨਾ ਨਾ W2 ਨਾ ਲੈ ਲਿਓ, ਤੁਹਾਡਾ ਟੈਕਸ ਜ਼ਿਆਦਾ ਕੱਟਿਆ ਜਾਊਗਾ, ਤੁਹਾਨੂੰ ਟੈਕਸ ਬਚੂਗਾ ਹਨਾ। ਅਸੀਂ ਚਲੋ ਹੁਣ ਕਹਿਣਾ ਨੀ ਚਾਹੀਦਾ, ਹੁਣ ਵਟਸਐਪ ਗਰੁੱਪਸ ਦੇ ਵਿੱਚ ਹਰ ਵੀਕ ਕਿ ਮਤਲਬ ਮਾੜੀਆਂ ਖਬਰਾਂ ਆਉਂਦੀਆਂ ਨੇ, ਫਿਰ ਗੋ ਫੰਡ ਵੀ ਸ਼ੁਰੂ ਹੁੰਦੇ ਨੇ ਆਪਣੇ ਪੰਜਾਬੀ ਮੁੰਡਿਆਂ ਲਈ। ਇਹ ਜਸਟ ਬਿਕੋਜ਼ ਜਿਵੇਂ ਖਾਲਸਾ ਜੀ ਦੱਸਦੇ ਹੁੰਦੇ ਨੇ ਵੀ ਆਪਾਂ ਜਦੋਂ W2 ਲੈਂਦੇ ਹਾਂ ਹਨਾ, ਇੱਕ ਤਾਂ ਅੱਧਾ ਟੈਕਸ ਇੰਪਲੋਇਰ ਨੂੰ ਭਰਨਾ ਪੈਂਦਾ, ਪਲੱਸ ਆਪਾਂ ਵਰਕਰ ਕੌਮ 'ਚ ਕਵਰਡ ਹੁੰਦੇ ਹਾਂ। ਮੈਂ ਅੱਗੇ ਵੀ ਇੱਕ ਵਾਰੀ ਦੱਸਿਆ ਸੀਗਾ, ਮੇਰੇ ਮੇਰੇ ਮੇਰਾ ਸਕਿਆ ਚਾਚਾ ਜਿਹੜਾ ਡੈਡੀ ਦੇ ਮੇਰੇ ਸਾਡੇ ਇਹਨਾਂ ਦਾ ਸਭ ਤੋਂ ਛੋਟਾ ਮੇਰਾ ਚਾਚਾ, ਉਹਨੇ ਨਾ ਟਰੱਕ ਤੋਂ ਉੱਤੇ ਅੱਗੇ ਉਹ ਜਰਸੀ ਰਹਿੰਦੇ ਹੁੰਦੇ ਸੀ, ਉਹ ਜਿਹੜਾ ਉੱਤੇ ਤਰਪਾਲ ਪਾਉਂਦੇ ਹੁੰਦੇ ਸੀਗੇ, ਉੱਧਰ ਜਿਹੜਾ ਡੰਪ ਦਾ ਕੰਮ ਸੀਗਾ ਉਹਨਾਂ ਦਾ, ਉੱਤੋਂ ਡਿੱਗ ਕੇ ਬਾਈ ਜੀ ਅੱਡੀ ਕਰੈਕ ਹੋ ਗਈ। ਉਹ ਉਹਨਾਂ ਨੂੰ 4 ਸਾਲ ਘਰੇ ਬੈਠਿਆਂ ਨੂੰ $4500 ਦਾ ਚੈੱਕ, ਮੈਂ ਅਸੀਂ ਉਦੋਂ ਨਵੇਂ ਨਵੇਂ ਆਏ ਸੀਗੇ ਇੰਡੀਆ ਤੋਂ, ਮੈਂ ਆਪ ਚੈੱਕ ਕੱਢ ਕੇ ਲਿਆਉਂਦਾ ਰਿਹਾ, ਖੋਲ ਕੇ ਜਮਾ ਕਰਾਉਣ ਨਾਲ ਜਾਂਦਾ ਰਿਹਾ, ਕਿਉਂਕਿ ਉਹਨਾਂ ਦਾ ਮਤਲਬ ਉਹਨਾਂ ਦੇ ਅੱਡੀ ਕਰੈਕ ਹੋਈ ਹੋਈ ਸੀਗੀ। ਤੋ ਇਹ ਆਪਣੇ ਬਾਈ ਜੀ ਇੱਕ ਤਾਂ ਚਲੋ ਇਹ ਵੀ ਆ, ਦੂਜੀ ਗੱਲ ਇਹ ਆ ਜੀ, ਇੰਨਾ ਰੌਲਾ ਪਾਉਣ ਦੇ ਬਾਵਜੂਦ ਅਸੀਂ ਆਪਦੇ ਕੰਨੀਆਂ ਵੀ ਗਰੁੱਪਾਂ 'ਚ ਕਹਿੰਦੇ ਹੁੰਦੇ ਹਾਂ ਵੀ ਬਾਈ ਲਾਈਫ ਇੰਸ਼ੋਰੈਂਸ ਕਰਾ ਲਓ, ਲਾਈਫ ਇੰਸ਼ੋਰੈਂਸ ਕਰਾ ਲਓ, ਕਰਾਉਂਦੇ ਹੀ ਨਹੀਂ ਹੈਗੇ ਜੀ, $50-$70। ਹੁਣ ਮੈਂ ਕਰਾਈ ਸੀਗੀ, ਮੇਰੀਆਂ 2 ਹੋਈਆਂ ਹੋਈਆਂ ਨੇ, ਓਵਰ ਵੇਟ ਹੋਣ ਦੇ ਬਾਵਜੂਦ ਵੀ ਮੇਰੀ $100 ਤੋਂ ਥੱਲੇ ਹੋਈ ਹੈ ਜੀ। ਜੀ, ਸੋ ਦੈਟਸ ਨਥਿੰਗ, ਬਿਲਕੁਲ ਤੁਸੀਂ ਆਪਣੀ ਸੇਫਟੀ ਦੇ ਲਈ ਕਰ ਰਹੇ ਹਾਂ ਉਹ ਚੀਜ਼ ਜਿਹੜੀ ਉਹ ਕਰ ਰਹੇ ਹਾਂ। ਰਮਨ ਜੀ, ਹਜੋ ਜੀ ਮੈਨੂੰ ਯਾਦ ਆ ਇੱਕ ਵਾਰੀ ਨਾ ਜਦੋਂ ਆਪਾਂ ਸੈਕਰਾਮੈਂਟੋ 'ਚ ਟਰੱਕ ਸ਼ੋਅ ਰਮਨ ਜਦੋਂ ਤੁਸੀਂ ਕੀਤਾ ਸੀ ਉੱਥੇ, ਉੱਥੇ ਆਪਾਂ ਨੂੰ ਇੱਕ ਡਰਾਈਵਰ ਮਿਲਿਆ ਸੀਗਾ, ਉਹ ਵੀ ਇਹੀ ਕਹਿੰਦਾ ਕਹਿੰਦਾ 1099 ਤੇ ਉਹ ਸੀਗਾ, ਉਹਦਾ ਐਕਸੀਡੈਂਟ ਹੋ ਗਿਆ, ਡਿਸੇਬਲ ਹੋ ਗਿਆ, ਕੰਮ ਹੁਣ ਕਰ ਨਹੀਂ ਸਕਦਾ, ਮਿਲਦਾ ਵਿਚਾਰੇ ਨੂੰ ਕੁਛ ਵੀ ਨਹੀਂ। ਸੋ ਜੇ ਉਹੀ ਚੀਜ਼ ਉਦੋਂ ਇਹ ਸੋਚ ਕੇ ਬੰਦਾ ਕਰਦਾ ਹੁੰਦਾ ਵੀ ਮੈਂ ਐਜ਼ ਏ ਡਰਾਈਵਰ ਉਹਦੇ ਲਈ ਕੰਮ ਕਰ ਰਿਹਾ ਆ, 1099 ਦਾ ਇਹ ਲਾਲਚ ਭੰਬੜ ਭੁੱਸਾ ਜਿਹੜਾ ਉਸਨੂੰ ਨਾ ਪਾਇਆ ਹੁੰਦਾ ਤਾਂ ਸ਼ਾਇਦ ਉਸਨੂੰ ਡਿਸੇਬਿਲਿਟੀ ਮਿਲਦੀ, ਉਹਨੂੰ ਇਹ ਫਿਕਰ ਤਾਂ ਨਾ ਹੁੰਦੀ ਵਰਕਰ ਕੌਮ ਦੇ ਉੱਤੇ ਡਿਸੇਬਿਲਿਟੀ ਇੰਸ਼ੋਰੈਂਸ ਹੋਰ ਕਈ ਕੁਛ ਜਿਹੜਾ ਹੁੰਦਾ ਆ। ਸੋ ਜਿਹੜੇ ਡਰਾਈਵਰਸ ਨੂੰ ਇਹ ਕਿਤੇ ਨਾ ਕਿਤੇ ਭੁਲੇਖੇ 'ਚ ਭੰਬੜ ਭੁੱਸੇ 'ਚ ਪਾ ਕੇ ਕੰਪਨੀਆਂ ਵੀ ਆਪਣੇ ਵੱਲੋਂ ਇੱਕ ਹਿਸਾਬ ਦੇ ਨਾਲ ਖਿਹੜਾ ਛਡਾ ਲੈਂਦੀਆਂ ਵੀ ਚੱਲ ਅੱਧਾ ਟੈਕਸ ਸਾਨੂੰ ਨਹੀਂ ਦੇਣਾ ਪੈਣਾ, ਕੋਈ ਲਾਇਬਿਲਿਟੀ ਜਿਹੜੀ ਉਹ ਨਹੀਂ ਰਹਿਣੀ। ਸੋ ਇਹਦੇ ਨਾਲ ਨਾ ਤੁਸੀਂ ਆਪ ਜਿਹੜਾ ਫਸ ਜਾਂਦੇ, ਜਿੱਦਾਂ ਰਮਨ ਜੀ ਨੇ ਪਹਿਲਾਂ ਕਿਹਾ ਜੇ ਤਾਂ ਤੁਸੀਂ ਐਕਚੁਅਲ ਚ ਓਨਰ ਆਪਰੇਟਰ ਆ, ਫਿਰ ਤਾਂ ਤੁਹਾਡਾ ਬਣਦਾ ਹੈ 1099, ਵੱਖ ਵੱਖ ਬਿਜ਼ਨੈਸਿਸ ਦੇ ਨਾਲ ਕੰਮ ਕਰਦੇ ਆ, ਜੇ ਇੱਕੋ ਦੇ ਲਈ ਕਰੀ ਜਾ ਰਹੇ ਆ ਫਿਰ ਭਾਈ ਇਸ ਨੂੰ ਜਿਹੜਾ ਤੁਹਾਨੂੰ ਮੁੜ ਵਿਚਾਰਨ ਦੀ ਜ਼ਰੂਰਤ ਹੈਗੀ ਆ। ਜਾਂ ਇਵਨ ਤੁਸੀਂ ਡਰਾਈਵਰ ਆ, ਤੁਹਾਡਾ ਟਰੱਕ ਵੀ ਨਹੀਂ ਹੈਗਾ ਫਿਰ ਵੀ, ਤੇ ਸੋ ਇਹ ਰਮਨ ਜੀ ਇਹ ਮੈਨੂੰ ਤਾਂ ਲੱਗਦਾ ਜਿੱਦਾਂ 99.9% ਸ਼ੋਰ ਆ ਵੀ AB5 ਤਾਂ ਲੱਗੂ ਹੋਊਗਾ ਹੀ, ਹੁਣ ਜਿਸ ਹਿਸਾਬ ਨਾਲ ਸੁਪਰੀਮ ਕੋਰਟ ਨੇ ਫ੍ਰੀਲਾਂਸਰਸ ਤੇ ਜਰਨਲਿਸਟ ਦੇ ਕੇਸ ਦੇ ਬਾਬਤ ਜੋ ਆਪਣਾ ਕਹਿਤਾ ਵੀ ਅਸੀਂ ਨਹੀਂ ਲੈਣਾ ਹੈਗਾ, ਸੋ ਟਰੱਕਰ ਚ ਵੀ ਇਹ ਕੁਛ ਹੋਣਾ ਹਨਾ। ਦੇਖੋ ਜੀ, ਮੈਂ ਇੱਕ ਕਮੈਂਟ ਆਪਣਾ ਹੈਗਾ ਫੇਸਬੁੱਕ ਤੇ, ਰੌਬੀ ਮੱਲੀ ਹੋਣਾ ਦਾ ਕਮੈਂਟ ਹੈਗਾ ਕਿ ਸਮਾਲ ਕੰਪਨੀਜ਼ ਨੂੰ ਬਿਜ਼ਨਸ ਦੇ ਵਿੱਚੋਂ ਕੱਢ ਦੇਣਾ ਆ, ਵੱਡੀਆਂ ਕੰਪਨੀਆਂ ਬਹੁਤ ਮਨੀ ਡੋਨੇਟ ਕਰਦੀਆਂ ਪੋਲੀਟੀਸ਼ੀਅਨ ਨੂੰ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੈਲੀਫੋਰਨੀਆ ਦੇ ਵਿੱਚੋਂ 2 ਸਾਲ 1.5 ਸਾਲ ਤੋਂ ਉੱਤੇ ਹੋ ਚੱਲਿਆ, 1.5-2 ਸਾਲ ਤੋਂ ਉੱਤੇ ਹੋ ਚੱਲਿਆ, ਜਿੰਨੀਆਂ ਵੱਡੀਆਂ ਕੰਪਨੀਆਂ ਹੈਗੀਆਂ, ਚਾਹੇ ਲੈਂਡ ਸਟਾਰ ਆ, ਚਾਹੇ ਸਵਿਫਟ ਆ, ਚਾਹੇ ਕੋਈ ਵੀ ਅਜੇ ਵੀ ਹੰਟ ਆ,
ਸਾਰੀਆਂ ਕੰਪਨੀਆਂ ਨੇ ਕੈਲੀਫੋਰਨੀਆ ਦੇ ਵਿੱਚੋਂ ਓਨਰ ਆਪਰੇਟਰ ਹਾਇਰ ਕਰਨਾ ਬੰਦ ਕਰ ਦਿੱਤਾ। 1.5 ਤੋਂ 2 ਸਾਲ ਹੋ ਚੱਲੇ ਆ, ਠੀਕ ਆ। ਸੋ ਇੱਥੇ ਤੁਸੀਂ ਇਸ ਕੁਐਸਚਨ ਦਾ ਜਵਾਬ ਤੁਹਾਨੂੰ ਆਪ ਮਿਲ ਜਾਂਦਾ ਕਿ ਐਡਾ ਵੱਡੀ ਸਟੇਟ ਹੋਵੇ ਜਿਹਦੀ ਕਿ ਪਾਪੂਲੇਸ਼ਨ ਸਾਰੇ ਕੈਨੇਡਾ ਤੋਂ ਵੱਧ ਆ, ਉਸ ਸਟੇਟ ਦੇ ਵਿੱਚ ਇਹਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੂੰ ਕੰਮ ਕਰਨਾ ਜਿਹੜਾ ਆ ਉਹ ਔਖਾ ਹੋ ਜਾਵੇ, ਉਹਨਾਂ ਦਾ ਕੰਮ ਇੱਥੋਂ ਸਿਮਟ ਜਾਵੇ, ਬੰਦ ਹੋ ਜਾਵੇ, ਇਹਦਾ ਮਤਲਬ ਮੇਰੇ ਖਿਆਲ ਤੁਹਾਡੇ ਕੁਐਸਚਨ ਦਾ ਜਵਾਬ ਤਾਂ ਇਹੋ ਹੀ ਆ ਕਿ ਇੱਥੇ ਛੋਟੀ ਵੱਡੀ ਕੰਪਨੀ ਦਾ ਨਹੀਂ ਗਾ, ਇੱਥੇ ਹੈਗਾ ਕੰਮ ਕੌਣ ਸਹੀ ਕਰਦਾ ਤੇ ਕੌਣ ਗਲਤ ਕਰਦਾ। ਜਿਹੜਾ ਗਲਤ ਕਰਦਾ ਉਹ ਬਿਜ਼ਨਸ ਚੋਂ ਬਾਹਰ ਹੋਣਾ ਚਾਹੀਦਾ, ਜਿਹੜਾ ਸਹੀ ਕਰਦਾ ਉਹ ਬਿਜ਼ਨਸ ਚ ਰਹਿਣਾ ਚਾਹੀਦਾ। ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ, ਕੋਈ ਮੇਰੀ ਰਾਏ ਨਹੀਂ, ਇਹ ਹਰੇਕ ਜਿਹੜਾ ਕਿਰਤੀ ਜਿਹੜਾ ਮਿਹਨਤੀ ਇਨਸਾਨ ਆ, ਜਿਹੜਾ ਸਮਝਦਾਰ ਆ, ਅਕਲਮੰਦ ਆ, ਇਹ ਹਰ ਇੱਕ ਦੀ ਰਾਏ ਆ ਕਿ ਜੇ ਕੋਈ ਗਲਤ ਕੰਮ ਕਰਦਾ ਤੇ ਉਹ ਬਿਜ਼ਨਸ ਚੋਂ ਬਾਹਰ ਹੋਣਾ ਚਾਹੀਦਾ, ਜੇ ਕੋਈ ਸਹੀ ਕਰਦਾ ਤੇ ਬਿਜ਼ਨਸ ਚ ਰਹਿਣਾ ਚਾਹੀਦਾ। ਵੱਡੀ ਛੋਟੀ ਕੰਪਨੀ ਦਾ ਇਹਦੇ ਵਿੱਚ ਕੋਈ ਲੇਖਾ ਦੇਖਾ ਨਹੀਂ। ਜੀ, ਆਪਣੇ ਨਾਲ ਕੁਛ ਹੋਰ ਕਾਲਰ ਜੁੜੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਨਾਮ ਸਿੰਘ ਸੰਦਰ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਹਾਂਜੀ ਭਾਜੀ, ਮੈਂ 25 ਸਾਲ ਕੀਤਾ ਜੀ 1099 ਤੇ, 2.5 ਸਾਲ ਹੋ ਗਏ ਆ W2 ਤੇ ਕਰਨ ਦੇ। ਜੇ ਆਪਾਂ ਆਪਣੇ ਧਰਮ ਦੇ ਤੌਰ ਤੇ ਵੀ ਦੇਖੀਏ ਤਾਂ ਆਪਾਂ ਨੂੰ ਜਿੱਦਾਂ W2 ਫਾਰਮ ਅਲਾਊਡ ਕਰਦਾ, ਹਨਾ, ਕਿਉਂਕਿ ਇਹਦੇ ਵਿੱਚ ਕੋਈ ਬੇਈਮਾਨੀ ਨੀ, ਕੁਛ ਨੀ, ਇਹਦੇ ਚ ਬਰਕਤਾਂ ਆ। ਫਿਰ ਕੰਪਨੀਆਂ ਇਹਦੇ ਵਿੱਚ ਬਹੁਤ ਤੁਹਾਨੂੰ ਬੈਨੀਫਿਟ ਦਿੰਦੀਆਂ ਹੈਗੀਆਂ ਆ। ਆਪਾਂ ਲੱਗਦਾ ਵੀ ਆਪਾਂ ਟੈਕਸ ਪੇ ਕਰਦੇ ਹਾਂ, ਆਪਾਂ ਕੁਛ ਵੀ ਨੀ ਕਰਦੇ ਐਂਡ ਆਫ ਈਅਰ ਤੇ ਜਦੋਂ ਦੇਖਾਂਗੇ। ਆਪਾਂ ਨੂੰ ਇੱਧਰ ਲਈ ਮਨੀ ਸੇਵ ਹੁੰਦੀ ਆ, ਆਪਣੇ ਜਦੋਂ ਸੱਟ ਚੋਟ ਲੱਗ ਜਾਏ ਵਰਕ ਕਾਮ ਹੈਗੀ ਆ, ਫਿਰ 401K ਆ 6% ਕੰਪਨੀਆਂ ਮੈਚਿੰਗ ਕਰਦੀ ਆ, ਤੁਹਾਡੇ ਉਹਦੇ ਨਾਲ ਹੀ $10,000-15,000 ਸਾਲ ਦਾ ਜੁੜ ਜਾਂਦਾ। ਤੁਸੀਂ ਜੇ 10 ਸਾਲ ਕੰਮ ਕਰੋਗੇ ਤੁਹਾਡੇ ਦੇਖ ਲਓ ਵੀ 1.5-2 ਲੱਖ ਰੁਪਈਆ ਜੁੜ ਜਾਣਾ ਉਧਰੋਂ। ਤੇ W2 ਦਾ ਮੇਰਾ ਖਿਆਲ ਵੀ ਬੈਟਰ ਆ, ਜਿਹੜੇ 1099 ਤੇ ਕੰਮ ਕਰਦੇ ਹੋ ਵੀਰ ਨਾ ਕਰਨ ਤਾਂ ਵਧੀਆ ਆ, ਬਾਕੀ ਉਹਨਾਂ ਦੀ ਮਰਜ਼ੀ ਆ। ਜੀ, ਥੈਂਕ ਯੂ ਸਤਨਾਮ ਜੀ, ਮੇਰਾ ਤਾਂ ਇਹੀ ਵਿਚਾਰ ਆ ਜੀ। ਓਕੇ ਜੀ, ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਬੜਾ ਫਾਸਟ ਹੈ ਜਿਹੜਾ ਐਕਸਪੀਰੀਅੰਸ। ਬਿਲਕੁਲ, ਜਦੋਂ ਟੈਕਸ ਕੱਟ ਹੁੰਦਾ, ਜਦੋਂ ਤੁਸੀਂ ਰਿਟਾਇਰ ਹੋਣਾ, ਉਹ ਤੁਸੀਂ ਦੇਖਿਓ ਕਈ ਹੁਣ ਬਜ਼ੁਰਗ ਜਾਂ ਹੋਰ ਆਪਣੇ ਭੈਣ ਭਰਾ ਰਿਟਾਇਰ ਹੁੰਦੇ, ਕਿਸੇ ਦੀ ਸੋਸ਼ਲ ਸਿਕਿਉਰਟੀ 2,000-2,500 ਹੁੰਦੀ ਆ, ਕਿਸੇ ਦੀ 500-600 ਹੀ ਹੁੰਦੀ ਆ, ਫਿਰ ਉਹ ਕਹਿੰਦੇ ਯਾਰ ਮੈਂ ਵੀ ਕੰਮ ਕਰਦਾ ਸੀ, ਮੈਂ ਵੀ ਕਰਦਾ ਸੀ। ਉਹ ਐਕਚੁਅਲੀ ਜਿਹੜਾ ਤੁਹਾਡਾ ਟੈਕਸ ਕੱਟ ਹੋਇਆ ਉਹੀ ਤੁਹਾਨੂੰ ਵਾਪਸ ਆਉਂਦਾ ਹੈ। ਜੀ ਜੀ, ਆਪਣੇ ਅਗਲੇ ਕਾਲਰ ਨੇ ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ। ਆਪਣਾ ਲਾ ਜਿੱਦਾਂ ਮਰਜ਼ੀ ਹੋਵੇ, ਮੇਨ ਗੱਲ ਆ ਕੇ ਇੰਪਲੀਮੈਂਟੇਸ਼ਨ ਤੇ ਅਟਕ ਜਾਂਦੀ ਆ। ਜੇ ਤਾਂ ਈਵਨ ਲਾ ਹੋਵੇ, ਸਾਰਿਆਂ ਲਈ ਲੈਵਲ ਪਲੇਇੰਗ ਫੀਲਡ ਹੋਵੇ, ਤਾਂ ਹਰੇਕ ਕੋਈ ਬਰਾਬਰ ਕੰਪੀਟ ਕਰ ਸਕਦਾ। ਲੇਕਿਨ ਪਾਸਟ ਐਕਸਪੀਰੀਅੰਸ ਆਪਾਂ ਦੇਖ ਲਈਏ ਤਾਂ ਕਾਰ ਵਾਲਾ ਐਕਸਪੀਰੀਅੰਸ ਹੀ ਦੇਖ ਲਓ, 10-12 ਸਾਲ ਹੋ ਚੁੱਕੇ ਆ ਲਾ ਬਣਨ ਨੂੰ, ਅੱਜ ਵੀ ਇਲੀਗਲ ਟਰੱਕ ਚੱਲ ਰਹੇ ਆ, ਤੇ ਕੋਈ ਇੰਪਲੀਮੈਂਟੇਸ਼ਨ ਹੈ ਨਹੀਂ। ਜਦ ਇੰਪਲੀਮੈਂਟੇਸ਼ਨ ਈਵਨ ਨਾ ਹੋਵੇ ਤਾਂ ਉਹਦੇ ਵਿੱਚ ਫਿਰ ਜਿਹੜਾ ਬੰਦਾ ਲਾ ਫੋਲੋ ਕਰਦਾ ਉਹ ਸਫ਼ਰ ਕਰਦਾ, ਤੇ ਇਹ ਫੈਕਟ ਹੈਗੇ ਆ ਕਿ ਇੰਪਲੀਮੈਂਟੇਸ਼ਨ ਈਵਨ ਹੋਵੇ ਸਾਰਿਆਂ ਦੇ। ਦੇਖੋ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਆ, ਪਰ ਜੇ ਮੇਰੀ ਇੱਕ ਗੱਲ ਤੁਸੀਂ ਸਾਰੇ ਜਣੇ ਜਵਾਬ ਦੇ ਸਕਦੇ ਹੈਗੇ ਆ, ਸੁਣ ਸਕਦੇ ਆ, ਸਮਝ ਸਕਦੇ ਆ, ਔਰ ਆਪਣੇ ਦਿਲ ਦੇ ਵਿੱਚ ਸੋਚ ਸਕਦੇ ਆ, ਕਿੰਨੇ ਕੁ ਲੋਕੀ ਇੰਪਲੀਮੈਂਟੇਸ਼ਨ ਜਿਹੜੀ ਆਪਾਂ ਗੱਲ ਕਰਦੇ ਹਾਂ, ਕਿੰਨੇ ਕੁ ਲੋਕੀ ਰੇੜੀ ਟਾਣ ਕੇ ਦੱਸਣਗੇ ਕਿ ਮੈਨੂੰ ਇੰਨੇ ਸੌਦਾ ਇੰਨੇ ਲੱਖਾਂ ਜੁਰਮਾਨਾ ਹੋਇਆ। ਅਸੀਂ ਜਿਹੜੀਆਂ ਸਾਡੇ ਕੋਲ ਨਿਊਜ਼ ਪਹੁੰਚਦੀਆਂ, ਜਿਹੜੀਆਂ ਸਾਡੇ ਕੋਲ ਚੀਜ਼ਾਂ ਪਹੁੰਚਦੀਆਂ, ਉਹਦੇ ਤੋਂ ਸਾਨੂੰ ਪਤਾ ਲੱਗਦਾ ਕਿ ਇੰਪਲੀਮੈਂਟੇਸ਼ਨ ਜਿਹੜੀ ਹੋ ਰਹੀ ਹੈ। ਯੈਸ, ਡੈਫੀਨੇਟਲੀ ਉਸ ਲੈਵਲ ਤੇ ਨਹੀਂ, ਉਸ ਲੈਵਲ ਤੇ ਅਸੀਂ ਕਰਨਾ ਚਾਹੁੰਦੇ ਹਾਂ। ਇਲੀਗਲ ਕੰਮ ਹੁੰਦੇ ਰਹਿੰਦੇ ਆ, ਹੁੰਦੇ ਰਹਿਣਗੇ। ਆਹ ਸਾਲ ਜਿਹੜਾ ਆ ਲਾਸਟ ਈਅਰ ਹੈਗਾ, ਇਹ ਆਪਣਾ ਕਾਰ ਦਾ ਜਿਹੜੇ ਟਰੱਕਸ ਰਹਿ ਗਏ ਆ, ਅਲਟੀਮੇਟਲੀ ਜਿਹੜੇ ਟਰੱਕਸ ਰਹਿ ਗਏ ਆ ਇਸ ਸਾਲ, ਉਹ ਖਤਮ ਹੋ ਜਾਣੇ ਆ। ਅਬਾਊਟ 70,000-80,000 ਟਰੱਕ ਜਿਹੜੇ ਆ ਸਟਿਲ ਕੈਲੀਫੋਰਨੀਆ ਦੇ ਵਿੱਚ ਚੱਲ ਰਹੇ ਆ, ਜਿਹੜੇ ਕਿ ਕਨਵਰਟ ਕੀਤੇ ਗਏ ਸੀ, ਉਹਨਾਂ ਦੇ ਵਿੱਚ ਕਨਵਰਜਨ ਕੀਤਾ ਗਿਆ ਸੀਗਾ। ਸੋ ਉਹ ਜਿਹੜੇ ਟਰੱਕ ਆ ਉਹ ਇਸ ਸਾਲ ਜਿਹੜੇ ਉਹ ਐਂਡ ਹੋ ਜਾਣੇ। ਜੇ ਉਸ ਤੋਂ ਬਾਅਦ ਵੀ ਕੋਈ ਚਲਾਉਂਦਾ ਆ ਤੇ ਇੰਨਾ ਕੁ ਤਾਂ ਇਲੀਗਲ ਕੰਮ ਜਿਹੜਾ ਉਹ ਚੱਲਦਾ ਰਹਿੰਦਾ ਆ। ਤੇ ਜਿਹੜੇ ਹੁਣ ਤੁਸੀਂ ਗੱਲ ਕਰ ਰਹੇ ਹੋ, ਸਖਤੀਆਂ ਹੁੰਦੀਆਂ ਜਾਂਦੀਆਂ, ਹੁਣ ਅਗਲੇ ਸਾਲ ਤੋਂ ਸਮੋਗ ਚੈੱਕ ਸ਼ੁਰੂ ਹੋ ਜਾਣਾ, ਫਿਰ ਕਿੱਥੇ ਜਾਵਾਂਗੇ? ਹੁਣ ਜਿਹੜਾ ਸਮੋਗ ਚੈੱਕ ਆ ਉਹ ਇੱਕ ਕਿਉਂਕਿ ਜਿਹੜਾ ਕਾਰ ਦਾ ਲਾਅ ਸੀ, ਉਹਨਾਂ ਨੇ ਪਿਛਲੇ 10 ਸਾਲਾਂ 'ਚ ਸਟੱਡੀ ਕੀਤਾ ਵੀ ਇਹ ਕਿੰਨਾ ਕੁ ਇੰਪਲੀਮੈਂਟ ਕਰ ਲਿਆ, ਕਿੰਨਾ ਕੁ ਹੋ ਗਿਆ। ਸੋ ਹੁਣ ਉਹਦਾ ਅਗਲਾ ਜਵਾਬ ਜਿਹੜਾ ਉਹ ਸਮੋਗ ਚੈੱਕ ਆ ਗਿਆ। ਹੁਣ ਜਿਹੜੀਆਂ ਆਪਣੀਆਂ ਕਾਰਾਂ ਆ, ਜੇ ਆਪਣੀ ਸਮੋਗ ਪਾਸ ਨਹੀਂ ਹੁੰਦੀ, ਆਪਾਂ ਨੂੰ ਕਿੰਨੀ ਤੜਸਲੀ ਮੱਚ ਜਾਂਦੀ, ਆਪਣੀ ਰਜਿਸਟ੍ਰੇਸ਼ਨ ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਆਪਾਂ ਕਾਰ ਵੇਚ ਨਹੀਂ ਸਕਦੇ, ਕੁਛ ਨਹੀਂ ਕਰ ਸਕਦੇ ਉਹਨੂੰ। ਸੋ ਤੁਸੀਂ ਆਪ ਸੋਚ ਕੇ ਦੇਖੋ ਕਿ ਜਿਹੜੀ ਇਹ ਚੀਜ਼ਾਂ ਆ ਇਹ ਗਾਂਹ ਦੇ ਗਾਂਹ ਸਖ਼ਤ ਕਿਉਂ ਹੋ ਰਹੀਆਂ ਹੈਗੀਆਂ। ਤੇ ਇੱਕ ਬਹਾਦਰ ਸਿੱਧੂ ਹੁਣਾਂ ਦਾ ਸਵਾਲ ਹੈਗਾ ਆ ਫੇਸਬੁੱਕ ਦੇ ਉੱਤੇ ਕਿ ਕੀ ਓਨਰ ਆਪਰੇਟਰ ਬ੍ਰੋਕਰ ਨੂੰ ਲੋਡ ਲਾ ਸਕਦਾ ਜਾਂ ਉਹ ਆਪਣੇ ਕਰਨਾ ਚਾਹੇ ਕੰਮ,
सवाल पूछा उन्होंने मेरे ख्याल ब्रोकर तो लोड डेफिनेटली जी जी अपनी इंडिपेंडेंट ओनर ऑपरेटर की जी बिजनेस टू बिजनेस एग्जम्पशन आ उसमें कहा गया है कि तुम ब्रोकर के नाल काम कर सकते हो और सैवरल ब्रोकर के नाल डिफरेंट डिफरेंट ब्रोकर के नाल काम करते हैं जे वो एक शर्त हैगी राजकरण किसी दिन आप प्रोग्राम के अपने आने वाले अगले प्रोग्रामा की जी बिजनेस टू बिजनेस एग्जम्पशन हैगी बारे डिटेल गल करेंगे वो की आ किदा तुम बिजनेस टू बिजनेस एग्जम्पशन लै सकते हैं कि चीजा तुम और करनिया पैनिया तू स्टे ओनर ऑपरेटर तुम ओनर ऑपरेटर बने रह सकते हैं तो प्लीज ये चीज जी है ना यह दिमाग कढ़ दौ कि बैन हो गया कुछ आ हो गया इदा हो गया नहीं दुनिया इधर की उधर की कुछ नहीं होना सिर्फ सानू बिजनेस करने का ढंग तरीका बदलना पैना सानू जिहड़ा ट्रेडिशनल जिदा काम करते हैं उन्हें चेंज करना पैना अपने आप में थोड़ा बहुत जिहड़ा कंप्लायंट होना पैना जी थैंक यू जी जी अगले कॉलर ने हरपिंदर जी हेलो सत श्री जी सत श्रीकाल जी वीर जी ना मैं WW2 की गल करना चाहना है मैं सिटी बस चला मैं इन्ना पता आ भी मेरा फ्यूचर बुढ़ापा मेरा चंगा निकल लेना है मैं अपने बच्चे को गुड एजुकेशन दे सकता हाँ तो मेरे को टाइम भी थोड़ा आ बाकी तुम सारे सत श्रीकाल जी सत श्रीकाल जी थैंक यू जी धन्यवाद जी बहुत जी।